ਗੁੱਡ ਮਾਰਨਿੰਗ ਸਟੂਡੈਂਟਸ ਅੱਜ ਬੇਟਾ ਅਸੀਂ ਕਰਨ ਜਾ ਰਹੇ ਹਾਂ ਲੈਸਨ ਨੰਬਰ 16 ਰੁੱਖਾਂ ਦੀ ਸੰਭਾਲ ਚੈਪਟਰ ਹੈ ਇਹ ਤੁਹਾਡਾ ਸੈਕੰਡ ਟਰਮ ਦੇ ਵਿੱਚ ਆਏਗਾ ਯੂਟੀ ਤੱਕ ਦਾ ਸਿਲੇਬਸ ਤੁਹਾਡਾ ਕੰਪਲੀਟ ਹੋ ਗਿਆ ਉਸ ਤੋਂ ਅੱਗੇ ਦਾ ਸਿਲੇਬਸ ਦੇਖੋ 16 ਚੈਪਟਰ ਆਏਗਾ ਰੁੱਖਾਂ ਦੀ ਸੰਭਾਲ ਸੈਕੰਡ ਟਰਮ ਜਿਹੜੇ ਤੁਹਾਡੇ ਫਾਈਨਲ ਪੇਪਰ ਹੋਣੇ ਹਨ ਇਸ ਗੀਤ ਵਿੱਚ ਇੱਕ ਕਵਿਤਾ ਰੂਪੀ ਗੀਤ ਹੈ ਕਵੀ ਨੇ ਰੁੱਖ ਜੋ ਸਾਡੇ ਕੀਮਤੀ ਸਰਮਾਇਆ ਸਰਮਾਇਆ ਮਤਲਬ ਪੂੰਜੀ ਹੈ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਹੈ ਰੁੱਖਾਂ ਤੋਂ ਸਾਨੂੰ ਕੀ ਕੀ ਮਿਲਦਾ ਹੈ ਇਹ ਸਾਡਾ ਕਿੰਨਾ ਗੱਲਾਂ ਤੋਂ ਬਚਾ ਕਰਦੇ ਹਨਾਰੇ ਦੱਸਿਆ ਹੈ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਤਾਂ ਹੀ ਆਪਾਂ ਭਾਰਤ ਵਾਸੀ ਹੋਵਾਂਗੇ ਖੁਸ਼ਹਾਲ ਇਸ ਵਿੱਚ ਕਵੀ ਕਹਿੰਦਾ ਹੈ ਦੇਸ਼ ਵਾਸੀਆਂ ਨੂੰ ਦੇਸ਼ ਦੇ ਲੋਕਾਂ ਨੂੰ ਕਹਿ ਰਿਹਾ ਕਿ ਸਾਨੂੰ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਸਾਰੇ ਭਾਰਤ ਵਾਸੀ ਜਿੰਨੇ ਵੀ ਲੋਕ ਰਹਿੰਦੇ ਹਾਂ ਭਾਰਤ ਵਿੱਚ ਤਾਂ ਹੀ ਅਸੀਂ ਖੁਸ਼ਹਾਲ ਹੋਵਾਂਗੇ ਰੁੱਖ ਸਾਡੇ ਦੇਸ਼ ਦੀ ਦੌਲਤ ਰੁੱਖਾਂ ਨੂੰ ਅਸੀਂ ਬਚਾਈਏ ਰੁੱਖ ਸਾਡੇ ਦੇਸ਼ ਦੀ ਕੀ ਹੈ ਪੂੰਜੀ ਹੈ ਦੌਲਤ ਹੈ ਸਾਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ ਹੈ ਕੀ ਕੀ ਫਾਇਦੇ ਹੋਣ ਇਹਨਾਂ ਦੇ ਲੋਕਾਂ ਨੂੰ ਸਮਝਾਈ ਇਹਨਾਂ ਦੇ ਕੀ ਕੀ ਲਾਭ ਹਨ ਰੁੱਖਾਂ ਦੇ ਬ੍ਰਿਕਸ਼ਾਂ ਦੇ ਕੀ ਕੀ ਲਾਭ ਹਨ ਉਹਨਾਂ ਬਾਰੇ ਸਾਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਉਹ ਵੀ ਮਦਦ ਕਰਨ ਸਾਡੀ ਰਲ ਕੇ ਸਾਡੇ ਨਾਲ ਲੋਕਾਂ ਨੂੰ ਵੀ ਸਾਡੇ ਨਾਲ ਰਲਾ ਕੇ ਇਕੱਠੇ ਹੀ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਰੁੱਖਾਂ ਦੀ ਛਾਂ ਮਾਨਣ ਦੇਖੋ ਇਹ ਪਿੰਡਾਂ ਦੇ ਵਾਸੀ ਪਿੰਡਾਂ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਰੁੱਖਾਂ ਦੀ ਛਾਂ ਕੀ ਹੁੰਦੀ ਹੈ ਹੁੰਦੇ ਬੜੇ ਦਲੇਰ ਮਿਹਨਤੀ ਤਾਕਤਵਰ ਤੇ ਸਾਸੀ ਪਿੰਡਾਂ ਦੇ ਲੋਕ ਹੀ ਹੁੰਦੇ ਆ ਮਿਹਨਤੀ ਵੀ ਹੁੰਦੇ ਆ ਤਾਕਤਵਰ ਵੀ ਹੁੰਦੇ ਤੇ ਹੌਂਸਲੇ ਵਾਲੇ ਵੀ ਹੁੰਦੇ ਆ ਅੰਨ ਦੇ ਅੰਨ ਤੇ ਰੁੱਖ ਉਗਾ ਕੇ ਹੀ ਪਏ ਕੱਟਣ ਸਾਡਾ ਕਾਲ ਅੰਨ ਵੀ ਉਗਾਉਂਦੇ ਨੇ ਤੇ ਰੁੱਖ ਵੀ ਉਗਾਉਂਦੇ ਨੇ ਜਿਸ ਨਾਲ ਸਾਡਾ ਕਾਲ ਮਤਲਬ ਭੁੱਖ ਲੰਗ ਸਾਡੀ ਗਰੀਬੀ ਦੂਰ ਹੁੰਦੀ ਆ ਸਾਨੂੰ ਖਾਣ ਨੂੰ ਅਨਾਜ ਮਿਲਦਾ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਕਿਉਂਕਿ ਜੇ ਕਿਸਾਨ ਹੀ ਪਿੰਡਾਂ ਦੇ ਲੋਕ ਹੀ ਮਿਹਨਤ ਕਰਕੇ ਸਾਡੇ ਲਈ ਅਨਾਜ ਨਾ ਉਗਾਂ ਤਾਂ ਅਸੀਂ ਕੀ ਹੋ ਜਾਾਂਗੇ ਗਰੀਬ ਹੋ ਜਾਾਂਗੇ ਭੁੱਖ ਨੰਗ ਮੱਚ ਜਾਏਗੀ ਸਾਡੇ ਕਾਲ ਪੈ ਜਾਏਗਾ ਇਹ ਸਾਡੇ ਕੀ ਕਰਦੇ ਮਿਹਨਤ ਕਰਕੇ ਇਹ ਸਾਸੀ ਹੈਗੇ ਮਿਹਨਤ ਕਰਕੇ ਸਾਡੇ ਲਈ ਅਨਾਜ ਦੀ ਪੈਦਾਵਾਰ ਕਰਦੇ ਹਨ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਅੰਬ ਅਨਾਰ ਸੰਤਰੇ ਜਾਮਨ ਆ ਲੱਗਦੇ ਰੁੱਖਾਂ ਉੱਤੇ ਅੰਬ ਦਾ ਵੀ ਰੁੱਖ ਹੁੰਦਾ ਅਨਾਰ ਦਾ ਵੀ ਸੰਤਰੇ ਦਾ ਤੇ ਜਾਮਨ ਦਾ ਵੀ ਕਹਿੰਦੇ ਰੁੱਖਾਂ ਉੱਤੇ ਲੱਗਦੇ ਨੇ ਇਹਨਾਂ ਨਾਲ ਹੀ ਕਾਬੂ ਪਾਈਏ ਸਾਰੇ ਦੁੱਖਾਂ ਉੱਤੇ ਕਿਉਂਕਿ ਫਰੂਟ ਖਾਣ ਨਾਲ ਫਲ ਖਾਣ ਨਾਲ ਸਾਨੂੰ ਜਿਹੜੀ એનર્ਜੀ ਮਿਲਦੀ ਹੈ ਊਰਜਾ ਮਿਲਦੀ ਆ ਕਹਿੰਦੇ ਅਸੀਂ ਇਹਨਾਂ ਨਾਲ ਹੀ ਆਪਣੇ ਦੁੱਖਾਂ ਤੋਂ ਅਰਥਾਤ ਆਪਣੀਆਂ ਬਿਮਾਰੀਆਂ ਤੇ ਕਾਬੂ ਪਾਣੇ ਆ ਜੇਕਰ ਅਸੀਂ ਵਰਤੀਏ ਯਾਰੋ ਠੀਕ ਤਰੀਕੇ ਨਾਲ ਅਸੀਂ ਸਾਨੂੰ ਇਹਨਾਂ ਨੂੰ ਠੀਕ ਤਰੀਕੇ ਨਾਲ ਵਰਤਣਾ ਚਾਹੀਦਾ ਫਲ ਫਰੂਟ ਨੂੰ ਵੀ ਯਾਰ ਰੁੱਖਾਂ ਨੂੰ ਵੀ ਦੇਸ਼ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਰੁੱਖਾਂ ਵਿੱਚ ਉਹ ਗੈਸ ਜਿਹਨੂੰ ਆਕਸੀਜਨ ਲੋਕੀ ਕਹਿੰਦੇ ਜਿਹੜੀ ਅਸੀਂ ਆਕਸੀਜਨ ਲੈਂਦੇ ਆ ਸਾਡੇ ਅੰਦਰ ਆਕਸੀਜਨ ਸਾਹ ਲੈਂਦੇ ਆ ਆਕਸੀਜਨ ਦੀ ਲੋੜ ਪੈਂਦੀ ਆ ਉਹਦੇ ਵਾਸਤੇ ਇਹ ਕੌਣ ਛੱਡਦਾ ਗੈਸ ਇਹ ਰੁੱਖ ਛੱਡਦੇ ਹਨ ਰੁੱਖਾਂ ਵਿੱਚ ਉਹ ਗੈਸ ਜਿਹਨੂੰ ਆਕਸੀਜਨ ਲੋਕੀ ਕਹਿੰਦੇ ਜਿਹੜੇ ਉਸ ਨੂੰ ਮੰਨਨ ਉਹ ਤਾਂ ਸਦਾ ਨਰੋਏ ਰਹਿੰਦੇ ਉਹ ਹਮੇਸ਼ਾ ਕੀ ਰਹਿੰਦੇ ਨੇ ਤੰਦਰੁਸਤ ਰਹਿੰਦੇ ਹਨ ਜਿਹੜੇ ਲੋਕੀ ਮੰਨਦੇ ਨੇ ਕਿ ਰੁੱਖਾਂ ਤੋਂ ਸਾਨੂੰ ਕੀ ਮਿਲਦੀ ਹੈ ਆਕਸੀਜਨ ਮਿਲਦੀ ਹੈ ਜੀਵਨ ਪਰ ਉਹ ਖੁਸ਼ੀਆਂ ਦੇ ਸੰਗ ਹੁੰਦੇ ਮਾਲਾ-ਮਾਲ ਜਿਹੜੇ ਤੇ ਰੁੱਖ ਉਗਾਉਂਦੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਵਿਕਸ਼ਾਂ ਤੋਂ ਸਾਨੂੰ ਕੀ ਮਿਲਦਾ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਕਹਿੰਦੇ ਉਹ ਹੀ ਉਗਾਉਂਦੇ ਆਪਣੇ ਆਸ-ਪਾਸ ਰਕਸ਼ ਤੇ ਉਹ ਹੀ ਖੁਸ਼ੀਆਂ ਦੇ ਨਾਲ ਭਰਪੂਰ ਹੁੰਦੇ ਨੇ ਨਰੋਏ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਰੁੱਖਾਂ ਦੇ ਲੱਕੜ થી ਬੰਦਾ ਫਰਨੀਚਰ ਸਾਰ ਲੁਖ ਰੁੱਖਾਂ ਦੇ ਜਿਹੜੀ ਲੱਕੜ ਉਸ ਤੋਂ ਕੀ ਬੰਦਾ ਫਰਨੀਚਰ ਬੰਦਾ ਹੈ ਅੱਜ ਕੱਲ ਇਹਦੇ ਬਾਝੋਂ ਸਾਡਾ ਹੁੰਦਾ ਨਹੀਂ ਗੁਜ਼ਾਰਾ ਇਸ ਤੇ ਬਿਨਾਂ ਵੀ ਸਾਡਾ ਕੋਈ ਗੁਜ਼ਾਰਾ ਨਹੀਂ ਹੈ ਸਾਡਾ ਵੀ ਹੈ ਫਰਜ਼ ਇਹਨਾਂ ਦੇ ਰੱਖੀਏ ਅਸੀਂ ਖਿਆਲ ਸਾਨੂੰ ਸਾਡਾ ਫਰਜ਼ ਬੰਦਾ ਕਿ ਅਸੀਂ ਵੀ ਇਹਨਾਂ ਲੱਕੜਾਂ ਦੀ ਖਿਆਲ ਰੱਖੀਏ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਆਪਾਂ ਸਾਰੇ ਉਦਮ ਕਰੀਏ ਥਾਂ ਥਾਂ ਰੁੱਖ ਉਗਾਈਏ ਸਾਨੂੰ ਹਿੰਮਤ ਕਰਕੇ ਕੀ ਕਰਨੀ ਚਾਹੀਏ ਕਿ ਸਾਨੂੰ ਥਾਂ ਥਾਂ ਰੁੱਖ ਉਗਾਉਣੇ ਚਾਹੀਦੇ ਆ ਆਪਣੀ ਹੋਈ ਹੈ ਭਲਾਈ ਨਾਲੇ ਦੇਸ਼ ਦੀ ਸ਼ਾਨ ਵਧਾਈ ਹੈ ਸਾਡੇ ਵੀ ਇਹਦੇ ਵਿੱਚ ਭਲਾਈ ਹੈ ਤੇ ਨਾਲੇ ਦੇਸ਼ ਦੀ ਸ਼ਾਨ ਵੀ ਇਸ ਵਿੱਚ ਵਧੇਗੀ ਅਮਰ ਇਸ ਅਮਰ ਇਸ ਤਰ੍ਹਾਂ ਸਾਰੇ ਕੱਟੇ ਜਾਣਗੇ ਜੰਜਾਲ ਇਸ ਤਰ੍ਹਾਂ ਸਾਰੇ ਦੇ ਦੁੱਖ ਤਕਲੀਫਾਂ ਕਟੀਆਂ ਜਾਣਗੇ ਦੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਕਿਉਂਕਿ ਰੁੱਖ ਸਾਨੂੰ ਕੀ ਦਿੰਦੇ ਆ ਆਕਸੀਜਨ ਦਿੰਦੇ ਆ ਇਹਨਾਂ ਤੋਂ ਕਈ ਤਰ੍ਹਾਂ ਦਾ ਫਰਨੀਚਰ ਬੰਦਾ ਰੁੱਖ ਸਾਡੇ ਦੁੱਖਾਂ ਨੂੰ ਦੂਰ ਕਰਦੇ ਆ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਆ ਸਾਨੂੰ ਆਕਸੀਜਨ ਵੀ ਦਿੰਦੇ ਆ ਸਾਨੂੰ ਜਿਆਦਾ ਤੋਂ ਜਿਆਦਾ ਰੁੱਖ ਰੁੱਖ ਲਗਾਉਣੇ ਚਾਹੀਦੇ ਨੇ ਅੱਗੇ ਬੇਟਾ ਦੇਖੋ ਅਗਲੇ ਅਦੇ ਚ ਪੇਜ ਤੇ ਆਜੋ ਦੇਖੋ ਸ਼ਬਦ ਅਰਥ ਤੁਸੀਂ ਸਾਰੇ ਕਰੋਗੇ ਜਿੱਥੇ ਜਿੱਥੇ ਉਹਨਾਂ ਨੇ ਕੋਮਾ ਪਾਇਆ ਦਾ ਮਤਲਬ ਉਹਨਾਂ ਚੋਂ ਕੋਈ ਇੱਕ ਕਰਨਾ ਠੀਕ ਹੈ ਯਾਦ ਰੱਖਣ ਯੋਗ ਗੱਲ ਰੁੱਖ ਸਾਡੇ ਜੀਵਨ ਦਾ ਸਹਾਰਾ ਹਨ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਰੁੱਖਾਂ ਤੋਂ ਕਈ ਕਿਸਮ ਦੀਆਂ ਦਵਾਈਆਂ ਬੰਦੀਆਂ ਹਨ ਰੁੱਖਾਂ ਦੀ ਕਟਾਈ ਕਰਨਾ ਅਸੀਂ ਆਪਣੇ ਜੀਵਨ ਦੇ ਖਤਰੇ ਖਤਰੇ ਵਿੱਚ ਪਾ ਰਹੇ ਹਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਬਹੁ ਵਿਕਲਪਿਤ ਤਿੰਨ ਆਪਸ਼ਨ ਦਿੱਤੇ ਹੋਏ ਆ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਦੇ ਹਨ ਸਾਸੀ ਟਿਕ ਕਰ ਲਓ ਰੁੱਖ ਕਿਹੜੀ ਗੈਸ ਛੱਡੇ ਹਨ ਆਕਸੀਜਨ ਰੁੱਖਾਂ ਦੀ ਲੱਕੜ ਤੋਂ ਕੀ ਬੰਦਾ ਹੈ ਫਰਨੀਚਰ ਰੁੱਖ ਦੇਸ਼ ਦੇ ਕੀ ਹਨ ਦੌਲਤ ਹਨ ਉਸ ਤੋਂ ਬਾਅਦ ਕਾਵ ਸਤਰਾਂ ਨੂੰ ਪੂਰੀਆ ਕਰੋ ਇਹ ਕਵਿਤਾ ਪਿੱਛੇ ਦਿੱਤੀ ਹੈ ਉਹਨਾਂ ਚੋਂ ਲੱਭ ਕੇ ਇਹਨਾਂ ਨੂੰ ਕੰਪਲੀਟ ਕਰਨਾ ਤੁਸੀਂ ਚੰਗੀ ਤਰ੍ਹਾਂ ਜੇ ਤੁਹਾਨੂੰ ਇੱਥੋਂ ਨਹੀਂ ਸਮਝ ਆਉਂਦਾ ਪਿੱਛੋਂ ਦੇਖੋ ਤੁਸੀਂ ਰੁੱਖ ਸਾਡੇ ਦੇਸ਼ ਦੀ ਦੌਲਤ ਇਸ ਨੂੰ ਅਸੀਂ ਬਚਾਈਏ ਕੀ ਕੀ ਫਾਇਦੇ ਹੋਣ ਇਹਨਾਂ ਦੇ ਲੋਕਾਂ ਨੂੰ ਸਮਝਾਈਏ ਰੁੱਖਾਂ ਦੀ ਛਾ ਮਾਨਣ ਦੇਖੋ ਇਹ ਪਿੰਡਾਂ ਦੇ ਵਾਸੀ ਪਿੰਡ ਦੇ ਵਾਸੀ ਹੁੰਦੇ ਬੜੇ ਦਲੇਰ ਮਿਹਨਤੀ ਤਾਕਤਵਰ ਤੇ ਸਾਸੀ ਜੀਵਨ ਪਰ ਉਹ ਖੁਸ਼ੀਆਂ ਦੇ ਸੰਗ ਹੁੰਦੇ ਮਾਲਾ-ਮਾਲ ਤੇਸ਼ ਵਾਸੀਓ ਕਰ ਲੋ ਇਹਨਾਂ ਰੁੱਖਾਂ ਦੀ ਸੰਭਾਲ ਅੱਗੇ ਦੇਖੋ ਪੇਜ ਤੇ ਆ ਜਾਓ ਕਾਪੀ ਦਾ ਕੰਮ ਬਾਅਦ ਚੋਂ ਕਰਾਂਗੇ ਇਹਨਾਂ ਵਿੱਚੋਂ ਨਾਲ ਲਿਖਿਆ ਵਿਰੋਧੀ ਇਹਨਾਂ ਦੇ ਦੱਸੋ ਪਿੰਡਾ ਸ਼ਹਿਰਾਂ ਸਾਡਾ ਤੁਹਾਡਾ ਠੀਕ ਗਲਤ ਅੱਜ ਕੱਲ੍ਹ ਫਾਇਦੇ ਨੁਕਸਾਨ ਤਾਕਤਵਰ ਕਮਜ਼ੋਰ ਦੁੱਖਾਂ ਸੁੱਖਾਂ ਨਰੋਏ ਬਿਮਾਰ ਭਲਾਈ ਬੁਰਾਈ ਉਸ ਤੋਂ ਬਾਅਦ ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਦੱਸਣਾ ਕਿ ਕਿਹੜਾ ਜਿਹੜਾ ਸ਼ਬਦਾ ਸ਼ੁੱਧ ਹੈ ਦੇਸ਼ ਰੁਖ ਦੌਲਤ ਪਿੰਡ ਕਟਨ ਖੁਸ਼ੀ ਬਾਜੂ ਠੀਕ ਹੈ ਇਹ ਸਾਰਾ ਤੁਸੀਂ ਬੁੱਕ ਦਾ ਕੰਮ ਕਰਨਾ ਬਾਕੀ ਕਾਪੀ ਦਾ ਕੰਮ ਹੈ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਵਾਉਂਗਾ